ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸੰਗਤੀ ਰੂਪ ਵਿੱਚ 10 ਵਜੇ 10 ਮਿੰਟ ਲਈ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਕਰਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ ਜੀ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਅਤੇ ਅਰਦਾਸ ਭਾਈ ਬਲਜੀਤ ਸਿੰਘ ਜੀ ਨੇ ਕੀਤੀ। ਓੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਫਰ ਨਾਮਾ ਹੈ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ ਖੁਦਾਵੰਦ ਬਖਸ਼ ਐਸੇ ਬਰਸੀ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜਿੰਦਰ ਸਿੰਘ ਜੀ ਨੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਬਾਰੇ ਕਿਹਾ ਕਿ ਸਿੱਖ ਕੌਮ ਦੀਆਂ ਨੀਹਾਂ ਇਹਨਾਂ ਦੀ ਸ਼ਹਾਦਤਾਂ ਕਰਕੇ ਅੱਜ ਮਜ਼ਬੂਤ ਹਨ। ਸੰਗਤ ਨੂੰ ਇਹਨਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਗੁਰਸਿੱਖੀ ਜੀਵਨ ਪਰਪੱਕਤਾ ਨਾਲ ਜਿਉਣਾ ਚਾਹੀਦਾ ਹੈ। ਜਰਾ ਯਾਦ ਕਰੋ ਜੀ ਖਾਲਸਾ ਪਰਿਵਾਰ ਵਿਛੋੜਾ, ਜਿੱਥੇ ਲਾਲ ਗੁਰੂ ਦੇ ਹੋ ਗਏ ਸੀ ਜੋੜਾ ਜੋੜਾ। ਪਰਿਵਾਰ ਵਿਛੋੜੇ ਵਾਲੇ ਸਥਾਨ ਤੋਂ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ 6 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ, 7 ਪੋਹ ਦੀ ਰਾਤ ਉਮੇ ਮਾਸ਼ਕੀ ਦੀ ਛੱਤ ਦੇ ਵਿੱਚ ਬਤੀਤ ਕੀਤੀ, 8 ਪੋਹ ਦੀ ਰਾਤ ਗੰਗੂ ਭਾਬੀ ਦੇ ਘਰ ਦੇ ਵਿੱਚ ਬਤੀਤ ਕੀਤੀ ਹੈ, ਜਿਸਨੇ ਲਾਲਚ ਦੇ ਵਿੱਚ ਆ ਕੇ ਪਹਿਲਾਂ ਮਾਤਾ ਜੀ ਦੇ ਪਾਸੋਂ ਧਨ ਚੁਰਾਇਆ, ਬਾਅਦ ਦੇ ਵਿੱਚ ਜਾਨੀ ਖਾਂ ਮਾਨੀ ਖਾਂ ਨੂੰ ਜਾ ਕੇ
ਸ਼ਿਕਾਇਤ ਕਰਕੇ ਸਾਹਿਬਜ਼ਾਦਿਆਂ ਨੂੰ ਪਕੜਾਉਣਾ ਕੀਤਾ। ਪਾਤਸ਼ਾਹ ਜੀ ਦੇ ਬਚਨ ਹਨ, ਜੋ ਕੂਕਰ ਹਰਕਾਇਆ ਧਾਵੈ ਤਹਿ ਦਿਸ ਜਾਏ, ਲੋਭੀ ਜੰਤ ਨ ਜਾਣਈ ਭਖ ਭਖ ਸਭ ਖਾਏ। ਲਾਲਚੀ ਨੂੰ ਹਲਕੇ ਕੁੱਤੇ ਦੀ ਤਸ਼ਬੀਹ ਦਿੱਤੀ ਗਈ ਹੈ। ਵਾਕਿਆ ਗੰਗੂ ਪਾਪੀ ਪਾਗਲ ਹੋ ਕੇ ਮਰਿਆ ਹੈ। ਸਤਸੰਗ ਜੀ, ਇੱਕ ਰਾਤ ਕੁਤਵਾਲੀ ਸਾਹਿਬ ਜੋ ਸਥਾਨ ਹੈ ਉੱਥੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ, ਔਰ ਇਸ ਤਰ੍ਹਾਂ 10, 11 ਅਤੇ 12 ਪੋਹ ਦੀ ਰਾਤ ਜਿਹੜੀ ਹੈ ਉਹ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ ਹੈ। ਇਸ ਸਮੇਂ ਦਰਮਿਆਨ ਸਭ ਤੋਂ ਪਹਿਲਾਂ ਵਜ਼ੀਰ ਖਾਨ ਵੱਲੋਂ ਇਹ ਚਾਲ ਚੱਲੀ ਗਈ ਵੀ ਭੋਜਨ ਦੇ ਵਿੱਚ ਹਲਾਲ ਮਿਲਾ ਕੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਛਕਾ ਦਿੱਤਾ ਜਾਵੇ। ਬਾਅਦ ਵਿੱਚ ਕਹਿ ਦਿਆਂਗੇ ਵੀ ਤੁਹਾਡਾ ਧਰਮ ਭ੍ਰਿਸ਼ਟ ਹੋ ਗਿਆ ਹੈ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੇ ਇਹਨਾਂ ਦਾ ਭੋਜਨ ਛਕਣ ਤੋਂ ਇਨਕਾਰ ਕੀਤਾ। ਬਾਅਦ ਦੇ ਵਿੱਚ ਸਤਿਕਾਰਯੋਗ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਘਰ ਦੇ ਵਿੱਚੋਂ ਦੁੱਧ ਲਿਆ ਕੇ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਛਕਾਉਣਾ ਕੀਤਾ। ਭਾਵੇਂ ਮਾਤਾ ਜੀ ਨੇ ਆਖਿਆ ਕਿ ਪੁੱਤਰ ਤੂੰ ਸਾਡੇ ਵਾਸਤੇ ਆਪਣੀ ਜਾਨ ਜੋਖਮ ਵਿੱਚ ਨਾ ਪਾ, ਪਰ ਬਾਬਾ ਮੋਤੀ ਰਾਮ ਜੀ ਨੇ ਆਖਿਆ ਕਿ ਮਾਤਾ ਜੀ ਤੁਸੀਂ ਦੇਸ਼ ਧਰਮ ਵਾਸਤੇ ਇੰਨਾ ਕੁਝ ਕਰ ਰਹੇ ਹੋ, ਸਾਡਾ ਵੀ ਤਾਂ ਕੁਝ ਫਰਜ਼ ਬਣਦਾ ਹੈ। ਪਾਤਸ਼ਾਹ ਜੀ ਦੇ ਬਚਨ ਹਨ, ਬਿਮਲ ਮਝਾਰ ਬਸ ਨਿਰਮਲ ਜਲ ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਦਾਦਰ ਤੂੰ ਕਬੈ ਨਾ ਜਾਣ ਸਰੇ, ਬਖਸ਼ ਸਿਵਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ। ਦੇਖੋ ਇੱਕ ਪਾਸੇ ਗੰਗੂ ਪਾਪੀ ਗੁਰੂ ਘਰ ਦਾ ਰਸੋਈਆ ਹੈ, ਪਰ ਦੂਸਰੇ ਪਾਸੇ ਬਾਬੇ ਮੋਤੀ ਰਾਮ ਜੀ ਵਜ਼ੀਰ ਖਾਨ ਦਾ ਰਸੋਈਆ ਹੈ। ਕਈ ਵਾਰੀ ਨੇੜੇ ਰਹਿਣ ਵਾਲੇ ਦੂਰ ਹੋ ਜਾਂਦੇ ਹਨ, ਦੂਰ ਰਹਿਣ ਵਾਲੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲੈਂਦੇ ਹਨ। ਜਿਸ ਤਰ੍ਹਾਂ ਡੱਡੂ ਜਾਲਾ ਹੀ ਖਾਂਦਾ ਰਹਿੰਦਾ ਹੈ, ਮਹਾਰਾਜ ਜੀ ਨੇ ਸ਼ਬਦ ਵਿੱਚ ਦਰਸਾਇਆ ਹੈ, ਭੌਰਾ ਦੂਰ ਤੋਂ ਆਉਂਦਾ ਹੈ, ਉਹ ਮਕਰੰਦ ਰਸ ਨੂੰ ਪ੍ਰਾਪਤ ਕਰ ਲੈਂਦਾ ਹੈ। ਅੱਜ ਦੇ ਦਿਨ ਸਤਸੰਗ ਜੀ, ਅੱਜ ਦੇ ਦਿਹਾੜੇ ਜੋ ਤੀਸਰੀ ਵਾਰੀ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਬੁਲਾਉਣਾ ਕੀਤਾ, ਮਾਤਾ ਜੀ ਨੇ ਐਸੀਆਂ ਅਸੀਸਾਂ ਦਿੱਤੀਆਂ, ਯਾਦ ਕਰਵਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ, ਯਾਦ ਕਰਵਾਈ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ, ਕਿ ਪੁੱਤਰ ਤੁਸੀਂ ਧਰਮ ਨਹੀਂ ਤਿਆਗਣਾ ਹੈ, ਧਰਮ ਦੇ ਵਿੱਚ ਪਰਪੱਕ ਰਹਿਣਾ। ਉਸ ਅਸੀਸ ਨੂੰ ਲੈ ਕਰਕੇ ਸਤਸੰਗ ਜੀ, ਸਾਹਿਬਜ਼ਾਦਿਆਂ ਨੇ ਕਿਸੇ ਲਾਲਚ ਵਿੱਚ ਨਹੀਂ ਆਉਣਾ ਕੀਤਾ ਹੈ, ਕਿਸੇ ਦੇ ਡਰ ਵਿੱਚ ਨਹੀਂ ਆਉਣਾ ਕੀਤਾ ਹੈ। ਜਦ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ, ਉਸ ਵਕਤ ਬਚਨ ਕੀਤਾ, ਧਨ ਜੋਬਨ ਫੁੱਲੜਾ ਨਾਠੀ ਅੜੇ ਦਿਨ ਚਾਰ। ਇਹ ਸੰਸਾਰ ਦੇ ਪਦਾਰਥ ਸਦੀਵ ਕਾਲ ਸੁੱਖ ਦੇਣ ਵਾਲੇ ਨਹੀਂ ਹਨ, ਪਰ ਜਿਸ ਵਕਤ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਚਨ ਕੀਤਾ, ਸਾਡੇ ਦਾਦਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਹਨ, ਪੈ ਕਾਹੋ ਕਉ ਦੇਤ ਨਹਿ ਨਹਿ ਪੈ ਮਾਨਤ ਪਾ।
ਕਹੋ ਨਾਨਕ ਸੁੰਦਰੀ ਮਨਾ ਗਿਆਨੀ ਤਾਰੇ ਬਾਬਾ। ਅਸੀਂ ਨਾ ਕਿਸੇ ਨੂੰ ਡਰ ਦਿੰਦੇ ਹਾਂ, ਨਾ ਕਿਸੇ ਦਾ ਡਰ ਕਬੂਲਦੇ ਹਾਂ। ਸੋ ਅਖੀਰੀ ਵਾਰੀ ਸੋਚਣ ਵਾਸਤੇ ਕਿਹਾ ਗਿਆ, ਆਖਿਆ ਵੀ ਅਸੀਂ ਫੈਸਲਾ ਕਰ ਲਿਆ ਹੈ, ਜੋ ਸਾਡੇ ਵੱਡ ਵਡੇਰਿਆਂ ਨੇ ਸਾਨੂੰ ਸਿਖਾਇਆ ਹੈ, ਜਿਹੜੇ ਪੂਰਨੇ ਪਾਏ ਹਨ, ਅਸੀਂ ਉਹਨਾਂ ਦੇ ਉੱਪਰ ਹੀ ਚੱਲ ਰਹੇ ਹਾਂ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਬਚਨ ਲਿਖੇ ਹਨ, ਸਾਹਿਬਜ਼ਾਦਿਆਂ ਨੇ ਆਖਿਆ, ਹਮਰੇ ਬੰਸ ਰੀਤ ਇਮ ਆਈ ਸੀਸ ਦੇਤ ਪਰ ਧਰਮ ਨਾ ਜਾਈ। ਵੀ ਅਸੀਂ ਸਿਰ ਦੇ ਦਿੰਦੇ ਹੁੰਦੇ ਹਾਂ, ਅਸੀਂ ਆਪਣਾ ਧਰਮ ਨਹੀਂ ਛੱਡਦੇ ਹੁੰਦੇ। 7 ਸਾਲ ਅਤੇ 9 ਸਾਲ ਦੀ ਉਮਰ ਦੇ ਵਿੱਚ ਐਸੀ ਦ੍ਰਿੜਤਾ ਵਿਖਾਉਣਾ ਕੀ। ਉਸ ਵਕਤ ਸਾਧ ਸੰਗਤ ਜੀ, ਜਿਸ ਵਕਤ ਗੱਲ ਚੱਲੇ ਵੀ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ, ਨਵਾਬ ਮਲੇਰਕੋਟਲੇ ਨੇ ਆ ਕਰਕੇ ਹਾਦਾ ਨਾਰਾ ਮਾਰਿਆ ਵੀ ਮਸੂਮ ਹਨ। ਉਸ ਵਕਤ ਸਾਧ ਸੰਗਤ ਜੀ ਸੁੱਚਾਨੰਦ ਨੇ ਆਖਿਆ ਵੀ ਇਹ ਸੱਪ ਦੇ ਬੱਚੇ ਹਨ, ਸੱਪ ਨੂੰ ਮਾਰਨ ਦੀ ਕੋਸ਼ਿਸ਼ ਕਰਨੇ, ਬੱਚਿਆਂ ਨੂੰ ਪਾਲਣਾ ਬਚਾਉਣਾ ਇਹ ਕੋਈ ਚੰਗੀ ਗੱਲ ਨਹੀਂ ਹੈ। ਧੰਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਬਚਨਾਂ ਨੂੰ ਕਬੂਲ ਕੀਤਾ ਹੈ। ਹੁਣੇ ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਕੀਰਤਨੀਏ ਸਿੰਘ ਆਪਾਂ ਨੂੰ ਜਫਰਨਾਮਾ ਸਰਵਣ ਕਰਵਾ ਰਹੇ ਸਨ। ਜਫਰਨਾਮੇ ਦੇ ਵਿੱਚ ਪਾਤਸ਼ਾਹ ਜੀ ਨੇ ਬਚਨ ਲਿਖੇ ਹਨ, ਕਿਹਾ ਸ਼ੁੱਧ ਕੇ ਚੂ ਪੁਛਤਾ ਬਚਗਾ ਚਾਰ ਕਿ ਬਾਕੀ ਬਮਾ ਦਸਤ ਪੇਚੀ ਦਾ ਮਾਂ। ਕੀ ਹੋਇਆ ਔਰੰਗਜ਼ੇਬ, ਤੋਂ ਸਾਡੇ 4 ਬੱਚੇ ਸ਼ਹੀਦ ਕਰ ਦਿੱਤੇ ਹਨ ਪਰ ਅਜੇ ਕੁੰਡਲੀਆ ਜਿਉਂਦਾ ਹੈ। ਇਹ ਮਹਾਰਾਜ ਜੀ ਨੇ ਬਚਨ ਕਬੂਲ ਕੀਤੇ ਹਨ। ਸਿੱਖ ਜਗਤ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਆਪਾਂ ਸਾਧ ਸੰਗਤ ਜੀ ਭੁਜੰਗੀ ਸ਼ਬਦ ਦੇ ਨਾਲ ਹੀ ਸੰਬੋਧਨ ਕਰਦੇ। ਸੋ ਇਸ ਤਰੀਕੇ ਦੇ ਨਾਲ ਉਸ ਵਕਤ ਸਾਧ ਸੰਗਤ ਜੀ ਅੱਜ ਦੇ ਦਿਨ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਵਾਸਤੇ ਫਤਵਾ ਜਾਰੀ ਕਰਵਾਇਆ ਗਿਆ। ਇਹੋ ਜਿਹੜੇ ਕਾਜ਼ੀ ਸਨ ਉਹਨਾਂ ਨੇ ਫਤਵੇ ਐਸੇ ਜਾਰੀ ਕੀਤੇ, ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਹੈ। ਸਾਹਿਬਜ਼ਾਦਿਆਂ ਨੇ ਅੱਜ ਦੇ ਦਿਨ ਸਾਧ ਸੰਗਤ ਜੀ ਸ਼ਹਾਦਤ ਦਾ ਜਾਮ ਪੀਤਾ, ਟੋਡਰਮੱਲ ਦੇ ਵੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ। ਪੂਰੇ ਜੀਵਨ ਦੀ ਉਹਨਾਂ ਨੇ ਆਪਣੀ ਪੂੰਜੀ ਜਿਹੜੀ ਸੀ ਸਾਧ ਸੰਗਤ ਜੀ ਇਸ ਸੇਵਾ ਦੇ ਬਦਲੇ ਦੇ ਵਿੱਚ ਲਾ ਦਿੱਤੀ। ਖੜ੍ਹੇ ਰੋਕ ਮੋਹਰਾਂ ਪਿਛਾਉਣਾ ਕੀਤੀਆਂ, ਦੁਨੀਆਂ ਦੇ ਇਤਿਹਾਸ ਦੇ ਵਿੱਚ ਜੋਤੀ ਸਰੂਪ ਵਾਲਾ ਅਸਥਾਨ ਜਿੱਥੇ ਸਾਹਿਬਜ਼ਾਦਿਆਂ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ, ਇੰਨੀ ਵਰਲਡ ਦੇ ਵਿੱਚ ਕੋਈ ਵੀ ਕੀਮਤੀ ਧਰਤੀ ਅੱਜ ਤੱਕ ਨਹੀਂ ਹੈ ਸਾਧ ਸੰਗਤ ਜਿੰਨੀ ਉਹ ਕੀਮਤੀ ਧਰਤੀ ਹੈ। ਵੈਸੇ ਵੀ ਕੀਮਤੀ ਹੈ ਕਿਉਂਕਿ ਸ਼ਹੀਦਾਂ ਦੇ ਸੰਸਕਾਰ ਹੋਏ ਹਨ, ਔਰ ਉਸ ਤਰ੍ਹਾਂ ਵੀ ਦੂਸਰੇ ਰੂਪ ਦੇ ਵਿੱਚ ਵੀ ਕੀਮਤੀ। ਉਹਨਾਂ ਸ਼ਹੀਦਾਂ ਨੂੰ ਆਪਾਂ ਸਾਰੇ ਯਾਦ ਕਰ ਰਹੇ ਹਾਂ। ਮਹਾਰਾਜ ਕਿਰਪਾ ਕਰਨ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਦਿਆਂ ਹੋਇਆਂ ਔਰ ਪਾਤਸ਼ਾਹ ਜੀ ਦੇ ਬਚਨਾਂ ਦੇ ਮੁਤਾਬਕ, ਜਾਗਤ ਜੋਤ ਜਪੇ ਨਿਸ ਬਾਸੁਰ ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਬੋਰ ਮੜੀ ਮੱਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਸਭ ਸੂਰਤ ਹੋਈਏ ਨਸ਼ਿਆਂ ਦਾ ਤਿਆਗ ਕਰੀਏ, ਅਮਰ ਛਕੀਏ ਸਿੰਘ ਸੱਜੀਏ, ਨਿਤਨੇਮੀ ਬਣੀਏ ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰ ਲੋਕ ਸਹੇਲੇ ਹੋਵਣ, ਸਾਡੀ ਸਾਰਿਆਂ ਦੀ
ਸਾਰੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਪ੍ਰਣਾਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਸਾਹਿਬਾਨ, ਮੈਨੇਜਰ ਸਾਹਿਬਾਨ, ਸਾਰਾ ਸਟਾਫ ਆਇਆ ਹੈ। ਮਹਾਰਾਜ ਕਿਰਪਾ ਕਰਨ, ਸਭਨਾਂ ਦੇ ਸੀਸ 'ਤੇ ਮੇਰਾ ਭਰਿਆ ਹੱਥ ਰੱਖਣ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।